ਇਹਨੇ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ। ਫੌਜ ਦੀ ਗੱਡੀ ਦਾ ਭਿਆਨਕ ਹਾਦਸਾ ਹੋਇਆ, ਤੇਜ਼ ਰਫਤਾਰ ਟਰੱਕ ਨੇ ਜ਼ੋਰਦਾਰ ਟੱਕਰ ਮਾਰੀ, ਜਿਸ ਤੋਂ ਬਾਅਦ ਰੇਲਿੰਗ ਤੋੜਦੀ ਹੋਈ ਫੌਜ ਦੀ ਗੱਡੀ ਦੂਸਰੀ ਸਾਈਡ ਪਲਟੀਆਂ ਖਾ ਗਈ ਔਰ ਟਰੱਕ ਵੀ ਕਈ ਪਲਟੀਆਂ ਖਾ ਗਿਆ। ਵੱਡੇ ਪੱਧਰ 'ਤੇ ਇੱਥੇ ਨੁਕਸਾਨ ਹੋਇਆ। ਟਰੱਕ ਵਾਲਾ ਤੇਜ਼ ਰਫਤਾਰ ਦੇ ਨਾਲ ਆ ਰਿਹਾ ਸੀ, ਅੱਗੇ ਜਾ ਰਹੀ ਫੌਜ ਦੀ ਗੱਡੀ ਦੇ ਨਾਲ ਜ਼ੋਰਦਾਰ ਟੱਕਰ ਹੋਈ, ਜਿਸ ਤੋਂ ਬਾਅਦ ਫੌਜ ਦੀ ਗੱਡੀ ਰੇਲਿੰਗ ਨੂੰ ਤੋੜਦੀ ਹੋਈ ਉੱਪਰੋਂ ਦੀ ਕਈ ਪਲਟੀਆਂ ਖਾ ਗਈ। ਵੱਡੇ ਪੱਧਰ 'ਤੇ ਨੁਕਸਾਨ ਹੋਇਆ। ਇਸ ਫੌਜ ਦੀ ਗੱਡੀ ਦੇ ਵਿੱਚ 5 ਫੌਜ ਦੇ ਜਵਾਨ ਮੌਜੂਦ ਸਨ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। 2 ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਜਲੰਧਰ ਦੇ ਵਿੱਚ ਇਹ ਦਰਦਨਾਕ ਹਾਦਸਾ ਹੋਇਆ। ਸੜਕ ਸੁਰੱਖਿਆ ਫੋਰਸ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ। ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਪੂਰੇ ਹਾਦਸੇ ਦੀ CCTV ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਿਹਾ ਤੇਜ਼ ਰਫ਼ਤਾਰ ਟਰੱਕ ਫੌਜ ਦੀ ਗੱਡੀ ਨੂੰ ਧੂ ਕੇ ਲਿਜਾ ਰਿਹਾ, ਰੇਲਿੰਗ ਨੂੰ ਤੋੜਦੇ ਹੋਏ ਉਸਦੇ ਉੱਪਰੋਂ ਦੀ ਪਲਟੀਆਂ ਖਾ ਕੇ ਇਹ ਦੋਵੇਂ ਵਾਹਨ ਸੜਕ ਦੀ ਦੂਸਰੀ ਸਾਈਡ ਡਿੱਗ ਪਏ। ਵੱਡੇ ਪੱਧਰ 'ਤੇ ਇੱਥੇ ਨੁਕਸਾਨ ਹੋਇਆ। ਤਾਂ ਦੱਸ ਦਈਏ ਕਿ ਫੌਜ ਦੀ ਗੱਡੀ ਪਠਾਨਕੋਟ ਵੱਲ ਜਾ ਰਹੀ ਸੀ, ਰੇਲਿੰਗ ਨੂੰ ਤੋੜਦੇ ਹੋਏ ਦੂਜੇ ਪਾਸੇ ਜਾ ਕੇ ਪਲਟੀਆਂ ਖਾ ਗਈ, ਕਿਉਂਕਿ ਪਿੱਛੋਂ ਤੇਜ਼ ਰਫ਼ਤਾਰ ਟਰੱਕ ਨੇ ਜ਼ੋਰਦਾਰ ਟੱਕਰ ਮਾਰੀ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ, ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ। ਮੌਕੇ 'ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ, ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਤਾਂ ਸਿੱਧੇ ਤੌਰ 'ਤੇ ਇਸ ਟਰੱਕ ਵਾਲੇ ਦੀ ਗਲਤੀ ਸੀ, ਜਿਸ ਨੇ ਬੇਕਾਬੂ ਹੋ ਕੇ ਅੱਗੇ ਜਾ ਰਹੀ ਫੌਜ ਦੀ ਗੱਡੀ ਦੇ ਵਿੱਚ ਜ਼ੋਰਦਾਰ ਟੱਕਰ ਮਾਰੀ, ਜਿਸ ਤੋਂ ਬਾਅਦ ਬੇਕਾਬੂ ਹੋਏ ਦੋਵੇਂ ਵਾਹਨ ਰੇਲਿੰਗ ਦੇ ਉੱਪਰੋਂ ਦੀ ਪਲਟੀਆਂ ਖਾ ਕੇ ਦੂਸਰੀ ਸਾਈਡ ਜਾ ਕੇ ਡਿੱਗ ਪਏ। ਦਰਦਨਾਕ ਹਾਦਸਾ ਕੈਮਰੇ ਦੇ ਵਿੱਚ ਕੈਦ ਹੋ ਗਿਆ। ਜਲੰਧਰ ਦਾ ਇਹ ਮਾਮਲਾ ਹੈ, ਤੜਕਸਾਰ ਇਹ ਵੱਡੀ ਦੁਰਘਟਨਾ ਹੋਈ। ਪਤਾ ਚੱਲਿਆ ਕਿ ਟਰੱਕ ਨੇ ਹਮਾਰੀ ਫੌਜੀ ਗਾੜੀ ਕੋ ਮਾਰ ਦਿਆ ਹੈ ਔਰ ਪਿੱਛੇ ਸੇ ਮਾਰਾ ਹੈ ਔਰ ਆਗੇ ਇਸ ਸਾਈਡ ਮੇਂ ਨਿਕਲ ਗਈ ਹੈ। ਔਰ ਛੋਟਾ ਇਹ ਆਪਣਾ ਕੈਂਟ ਸੇ ਆਏ, ਲੋਕਲ ਹੀ ਹੈ, ਯਹਾਂ ਡਿਊਟੀ ਕੇ ਲਈ ਥੇ ਆਏ। ਪੰਜ ਜਾਣੇ ਥੇ। ਹਾਂ ਅਭੀ ਤੱਕ ਤੋ ਠੀਕ ਹੀ ਹੈ, ਅਭੀ ਪਤਾ ਹਾਂ ਬਤਾ ਨਹੀਂ ਸਕਤੇ ਜੀ ਕੁਛ ਵੀ ਅਭੀ ਹਨ ਇਸ ਕੇ ਲਈ। ਤੋ ਅੱਜ ਸੁਬਹਾ 7 ਵਜੇ ਸਾਨੂੰ ਕੰਟਰੋਲ ਤੋਂ ਮੈਸੇਜ ਆਇਆ ਕਿ ਆਰਮੀ ਦੀ ਗੱਡੀ ਦਾ ਜਿਹੜਾ ਵਾ ਲੰਮਾ ਪਿੰਡ ਚੌਂਕ ਔਰ ਇਹਦੇ ਸੁੱਚੀ ਪਿੰਡ ਦੇ ਦਰਮਿਆਨ ਦੇ ਕਰਕੇ ਐਕਸੀਡੈਂਟ ਹੋਇਆ ਔਰ ਜਿਸ 'ਤੇ ਅਸੀਂ ਇਮੀਡੀਏਟਲੀ ਸਾਡਾ ਡਿਊਟੀ ਅਫਸਰ ਵੀ ਪਹੁੰਚ ਗਿਆ ਔਰ ਸੜਕ ਸੁਰੱਖਿਆ ਫੋਰਸ ਵੀ ਪਹੁੰਚ ਗਈ, ਮੈਂ ਵੀ ਆਪ ਮੌਕੇ 'ਤੇ ਆ ਗਿਆ ਔਰ ਜਦੋਂ ਇੱਥੇ ਦੇਖਿਆ ਤਾਂ ਇੱਕ ਆਰਮੀ ਦੀ ਗੱਡੀ ਜਿਹੜੀ PAP ਚੌਂਕ ਵੱਲੋਂ ਪਠਾਨਕੋਟ ਚੌਂਕ ਵੱਲ ਨੂੰ ਜਾ ਰਹੀ ਸੀ ਔਰ ਉਹਦੇ ਵਿੱਚ 5 ਜਿਹੜੇ ਆਰਮੀ ਦੇ ਜਵਾਨ ਸਵਾਰ ਸੀਗੇ ਔਰ ਉਹਨੂੰ ਪਿੱਛੋਂ ਇੱਕ 16-ਟਾਇਰੀ ਟਰੱਕ ਸੀਗਾ ਜੋ ਲੋਡ ਆ, ਜੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਇਹਦੇ ਵਿੱਚ ਉੱਤੇ ਕੀ ਲੱਦਿਆ ਹੋਇਆ ਔਰ ਇਹਨੇ ਪਿੱਛੋਂ ਉਹਨੂੰ ਹਿੱਟ ਕੀਤਾ ਔਰ ਉਸ ਪਾਸੇ ਇਹਨੂੰ ਧੱਕ ਕੇ ਗੱਡੀ ਨੂੰ ਇੱਧਰਲੇ ਰੋਡ ਦੇ ਉੱਤੇ ਦੋਨੋਂ ਗੱਡੀਆਂ ਆ ਗਈਆਂ ਔਰ ਜਿਹੜੀ ਆਰਮੀ ਦੀ ਗੱਡੀ ਹੈ ਇਹ ਪਲਟੀਆਂ ਖਾ ਕੇ ਇਸ ਪਾਸੇ ਕਾਫੀ ਇਹਦੇ ਵਿੱਚ ਜਿਹੜੇ ਜਵਾਨ ਸੀਗੇ ਉਹ ਇੰਜਰਡ ਨੇ, ਵੈਸੇ ਉਦਾਂ ਠੀਕ ਨੇ ਔਰ ਸਾਰਿਆਂ ਨੂੰ ਜਿਹੜਾ ਵਾ 5 ਜਵਾਨਾਂ ਨੂੰ ਦਾਖਲ ਕਰਵਾ ਦਿੱਤਾ ਗਿਆ। ਨਹੀਂ ਜਾਨੀ ਨੁਕਸਾਨ ਨਹੀਂ ਕੋਈ ਹੋਇਆ, ਬੰਦੇ ਇੰਜਰਡ ਹੈਗੇ ਨੇ, ਵਿੱਚ 2 ਕੁ ਜ਼ਿਆਦਾ ਸੀਰੀਅਸ ਨੇ ਬਟ ਫਿਲਹਾਲ ਠੀਕ ਨੇ। ਗਲਤੀ ਤਾਂ ਦੇਖੋ ਜੀ ਸ਼ਰੇਆਮੀ ਟਰੱਕ ਵਾਲੇ ਦੀ ਹੈ ਜਿਹਨੇ ਪਿੱਛੋਂ ਗੱਡੀ ਨੂੰ ਹਿੱਟ ਕਰਕੇ ਅਤੇ ਇੰਨੀ ਜ਼ਬਰਦਸਤ ਦੂਰ ਤੱਕ ਘੜੀਸਦਾ ਲੈ ਆਇਆ ਗੱਡੀ ਨੂੰ। PAP ਵੱਲੋਂ ਆ ਰਿਹਾ ਸੀ, ਟਰੱਕ ਵੀ ਪਿੱਛੋਂ ਆ ਰਿਹਾ ਸੀਗਾ ਔਰ ਜ਼ਿਆਦਾ ਸਪੀਡ ਦੇ ਓਵਰ ਸਪੀਡ ਦੇ ਵਿੱਚ ਸੀਗਾ ਅਤੇ ਉਹਨੇ ਉਹਨੂੰ ਪਿੱਛੋਂ ਹਿੱਟ ਕਰ ਦਿੱਤਾ। ਨਹੀਂ ਜਾਨੀ ਨੁਕਸਾਨ ਤੋਂ ਬਚਾਓ।